ਸੋ ਪ੍ਰਧਾਨ ਮੰਤਰੀ ਸੋ ਕੌਣ ਚੁਕਾਉਂਦਾ ਸੀ? ਰਾਸ਼ਟਰਪਤੀ। ਉਵੇਂ ਜਿਹੜੇ ਉਹਦੇ ਚੀਫ ਮਿਨਿਸਟਰ ਹੋਣਗੇ, ਮੁੱਖ ਮੰਤਰੀ, ਉਹਨੂੰ ਸੌਂਹ ਗਵਰਨਰ ਚੁਕਾਊਗਾ ਅਤੇ ਬਾਕੀ ਮੰਤਰੀਆਂ ਨੂੰ ਸੌਂਹ ਵੀ ਉਹ ਚੁਕਾਊਗਾ ਗਵਰਨਰ। ਠੀਕ ਹੈ ਜੀ। ਕਾਹਦੀ? ਫੇਥ ਐਂਡ ਅਲੀਜੀਅੰਸ ਦੀ, ਵੀ ਵਿਸ਼ਵਾਸ ਰੱਖਾਂਗੇ ਅਸੀਂ ਸੰਵਿਧਾਨ ਦੇ ਪ੍ਰਤੀ ਐਂਡ ਆਲ ਦੈਟ। ਸੀਕ੍ਰੇਸੀ, ਗੋਪਨੀਯਤਾ ਬਣਾ ਕੇ ਰੱਖਾਂਗੇ, ਉਹ ਵੀ ਖਾਂਦੇ ਨੇ ਸੌਂਹ ਇਹ। ਮੈਂ ਲਿਖਿਆ ਨਹੀਂ, ਮੈਂ ਕਿਹਾ ਤੁਸੀਂ ਸਮਝ ਜਾਓਗੇ ਕਿਉਂਕਿ ਸੇਮ ਹੀ ਹੈ। ਗੋਪਨੀਯਤਾ ਦੀ ਸੌਂਹ ਤਾਂ ਖਾਂਦੇ ਹੀ ਖਾਂਦੇ ਨੇ ਜਿਹੜੇ ਵੀ ਸਾਡੇ ਮੰਤਰੀ ਹੁੰਦੇ ਨੇ ਉਹ। ਠੀਕ ਹੈ ਜੀ। ਅੱਛਾ, ਗਵਰਨਰ ਨੂੰ ਸਲਾਹ ਦਿੰਦਾ ਜਿਹੜਾ ਮੁੱਖ ਮੰਤਰੀ ਹੁੰਦਾ, ਕਿਉਂਕਿ ਮੁੱਖ ਮੰਤਰੀ ਬਾਰੇ ਪੜ੍ਹ ਰਹੇ ਹਾਂ। ਇਹ ਗਵਰਨਰ ਨੂੰ ਸਲਾਹ ਦਊਗਾ ਨਾ ਵੀ ਇਹਨੂੰ ਮੰਤਰੀ ਬਣਾ ਦੇ, ਇਹਨੂੰ ਮੰਤਰੀ ਬਣਾ ਦੇ, ਇਹਨੂੰ ਮੰਤਰੀ ਬਣਾ ਦੇ। ਮੰਤਰੀ ਵੱਧ ਤੋਂ ਵੱਧ ਕਿੰਨੇ ਪਰਸੈਂਟ ਹੋ ਸਕਦੇ ਨੇ? 50%। ਇੱਥੇ ਵਿਧਾਨ ਸਭਾ ਦਾ 50% ਦੇਖਾਂਗੇ ਆਪਾਂ, ਉੱਥੇ ਲੋਕ ਸਭਾ ਦਾ 15% ਦੇਖਦੇ ਸੀ। 91ਵਾਂ ਸੰਸ਼ੋਧਨ। ਤਾਂ ਹੁਣ ਚੀਫ ਮਿਨਿਸਟਰ ਦੀਆਂ ਪਾਵਰਾਂ ਕੀ ਨੇ? ਚੀਫ ਮਿਨਿਸਟਰ ਜਿਹੜੀ ਸਾਡੀ ਵਿਧਾਨ ਸਭਾ ਹੁੰਦੀ, ਉਹ ਤਾਂ ਲੀਡਰ ਹੁੰਦਾ ਹੈ ਨਾ, ਜਿਵੇਂ ਪ੍ਰਧਾਨ ਮੰਤਰੀ ਲੋਕ ਸਭਾ ਦਾ ਲੀਡਰ ਹੁੰਦਾ। ਮੈਜੋਰਿਟੀ ਪਾਰਟੀ ਦਾ ਵੀ ਲੀਡਰ ਹੁੰਦਾ। ਸਰਕਾਰ ਦਾ ਜਿੰਨਾ ਕਾਰਜਕਾਲ ਹੈ ਸਾਰਾ ਹੀ ਸੰਭਾਲਦਾ ਉਹਨੂੰ, ਬਿਜ਼ਨਸ, ਗੌਰਮੈਂਟ ਦਾ। ਬਈ ਗੌਰਮੈਂਟ ਦੀਆਂ ਜਿਹੜੀਆਂ ਪੋਲਿਸੀਆਂ ਨੇ ਉਹ ਸਾਰੀਆਂ ਹੀ ਆ ਕੇ ਦੱਸਦਾ, ਸਾਰਿਆਂ ਨੂੰ ਦੱਸਦਾ ਵੀ ਅਸੀਂ ਆਹ ਸਕੀਮ ਲਾ ਕੇ ਕਰ ਰਹੇ ਹਾਂ, ਉਹ ਕਰ ਰਹੇ। ਅਤੇ ਜੇ ਇਹ ਚਾਹੇ ਤਾਂ ਅਸੈਂਬਲੀ ਨੂੰ ਭੰਗ ਵੀ ਕਰਾ ਸਕਦਾ ਗਵਰਨਰ ਨੂੰ ਕਹਿ ਕੇ, ਜਿਵੇਂ ਪ੍ਰਧਾਨ ਮੰਤਰੀ ਰਾਸ਼ਟਰਪਤੀ ਨੂੰ ਕਹਿ ਕੇ ਅਸੈਂਬਲੀ ਭੰਗ ਕਰਾ ਸਕਦਾ ਸੀ। ਸੇਮ ਜੇ ਚਾਹੇ ਤਾਂ ਪੋਰਟਫੋਲੀਓ ਨੂੰ ਰੀਸ਼ਫਲ ਕਰਦਾ। ਤੁਸੀਂ ਕਹੋਗੇ ਪੋਰਟਫੋਲੀਓ ਕੀ ਹੁੰਦਾ, ਮੈਂ ਤੁਹਾਨੂੰ ਵਾਰ ਵਾਰ ਦੱਸਦਾ। ਪੋਰਟਫੋਲੀਓ ਦਾ ਮਤਲਬ ਮੰਤਰੀ ਜਿਹੜੇ ਮੰਡਲ ਹੈ, ਮੰਤਰੀਆਂ ਦੀ ਅਲੱਗ ਅਲੱਗ ਜਿਹੜੇ ਅਹੁਦੇ ਮਿਲੇ ਹੋਏ ਨੇ, ਮੰਤਰਾਲੇ, ਮੰਤਰਾਲਿਆਂ ਨੂੰ ਚੇਂਜ ਕਰ ਸਕਦਾ। ਮੈਂ ਫਿਰ ਕਹਿ ਰਿਹਾ ਵਾਰ ਵਾਰ, ਜਿੱਥੇ ਪੋਰਟਫੋਲੀਓ ਆ ਗਿਆ, ਤੁਸੀਂ ਇਹ ਜ਼ਰੂਰ ਯਾਦ ਰੱਖਣਾ 1861 ਦੇ ਵਿੱਚ ਲਾਰਡ ਕੈਨਿੰਗ ਹੁੰਦੇ ਸੀ, ਜਿਹੜੇ ਸਾਡੇ ਭਾਰਤ ਦੇ ਪਹਿਲੇ ਵਾਈਸ ਰਾਏ ਵੀ ਸੀ, ਹੈ ਨਾ, ਬ੍ਰਿਟਿਸ਼ ਇੰਡੀਆ ਦੇ ਪਹਿਲੇ ਵਾਈਸ ਰਾਏ। ਉਹਨਾਂ ਨੇ ਪੋਰਟਫੋਲੀਓ ਸਿਸਟਮ ਲਿਆਂਦਾ ਸੀ। ਠੀਕ ਹੈ ਜੀ। ਰਮੀ ਇਹ ਦੱਸੋ, ਆਹ ਸੈਂਸਸ ਹੁੰਦਾ, ਸੈਂਸਸ, ਇਹ ਸੈਂਸਸ ਸਭ ਤੋਂ ਪਹਿਲਾਂ ਕਦੋਂ ਹੋਇਆ ਸੀ, ਕਿਹਦੇ ਟਾਈਮ 'ਤੇ ਹੋਇਆ ਸੀ? ਉਹ ਕਿਹੜੇ ਗਵਰਨਰ ਜਨਰਲ ਸੀਗੇ ਜਿਹਨਾਂ ਟਾਈਮ 'ਤੇ ਸਭ ਤੋਂ ਪਹਿਲਾਂ ਸੈਂਸਸ ਹੋਇਆ ਇੰਡੀਆ 'ਚ? ਲਾਰਡ ਮਾਇਓ। ਅਤੇ ਪਹਿਲਾਂ ਓਫੀਸ਼ੀਅਲ ਸੈਂਸਸ, ਓਫੀਸ਼ੀਅਲ ਸੈਂਸਸ ਰਿਪਨ ਦੇ ਟਾਈਮ 'ਤੇ ਹੋਇਆ। ਠੀਕ ਹੈ ਨਾ। ਚਲੋ, ਲਾਰਡ ਕੈਨਿੰਗ ਦੇ ਟਾਈਮ 'ਤੇ ਪੋਰਟਫੋਲੀਓ ਸਿਸਟਮ ਆਇਆ ਸੀ। ਅਤੇ ਇੱਕ ਹੋਰ ਚੀਜ਼ ਬਹੁਤ ਮਹੱਤਵਪੂਰਨ, 1861 ਦੇ ਐਕਟ ਨਾਲ ਹੀ ਆਇਆ ਸੀ ਪੋਰਟਫੋਲੀਓ ਵੀ, ਅਤੇ 1861 ਦੇ ਐਕਟ ਨਾਲ ਹੀ ਆਰਡੀਨੈਂਸ ਦਾ ਸਿਸਟਮ ਵੀ ਸਾਡੇ ਦੇਸ਼ ਆਇਆ ਸੀ। ਅਤੇ ਆਰਡੀਨੈਂਸ ਦਾ ਸਿਸਟਮ ਹੈ ਜਿਹੜਾ, ਆਰਡੀਨੈਂਸ ਕਿੰਨੇ ਟਾਈਮ ਵਾਸਤੇ ਹੁੰਦਾ ਸੀ? ਉਦੋਂ 6 ਮਹੀਨੇ ਵਾਸਤੇ ਹੁੰਦਾ ਸੀ ਆਰਡੀਨੈਂਸ। ਕਲੀਅਰ ਹੈ ਜੀ? ਚਲੋ, ਤਾਂ ਜਿਹੜਾ ਮੁੱਖ ਮੰਤਰੀ ਹੁੰਦਾ ਉਹ ਰਾਜਪਾਲ ਅਤੇ ਬਾਕੀ ਮੰਤਰੀਆਂ ਦੇ ਵਿਚਕਾਰ ਦਾ ਇੱਕ ਬ੍ਰਿਜ ਹੁੰਦਾ, ਜਿਵੇਂ ਸੈਂਟਰ 'ਚ ਪ੍ਰਧਾਨ ਮੰਤਰੀ ਹੁੰਦਾ ਸੀ। ਜੇਕਰ ਕਹਿੰਦਾ ਜੀ, ਜੇਕਰ ਡੈਥ ਹੋ ਜੇ ਮੁੱਖ ਮੰਤਰੀ ਦੀ, ਤਾਂ ਮੰਤਰੀ ਪ੍ਰੀਸ਼ਦ ਭੰਗ ਹੋ ਜਾਂਦੀ ਹੈ। ਕਲੀਅਰ ਹੈ। ਜਿੰਨੇ ਵੀ ਮਹੱਤਵਪੂਰਨ ਵਿਸ਼ੇ ਨੇ, ਗੱਲਾਂ ਨੇ, ਉਹਨਾਂ ਦੇ ਉੱਪਰ ਗਵਰਨਰ ਨੂੰ ਸਲਾਹ ਦਿੰਦਾ, ਗਵਰਨਰ ਨੂੰ ਸਲਾਹ ਦਿੰਦਾ, ਉਹਦੀ ਸਲਾਹ ਨਹੀਂ ਦਿੰਦਾ। ਪਰ ਜੇ ਗਵਰਨਰ ਚਾਹੇ ਤਾਂ ਉਹ ਵੀ ਸਮੇਂ ਸਮੇਂ 'ਤੇ ਇਹਨਾਂ ਨੂੰ ਆਰਡਰ ਇਸ਼ੂ ਕਰ ਸਕਦਾ, ਤਾਂ ਕਿ ਸਰਕਾਰ ਦੇ ਵਿੱਚ ਜਿਹੜਾ ਹੈ ਉਹ ਵਧੀਆ ਤਰੀਕੇ ਨਾਲ ਕੰਮ ਹੁੰਦਾ ਰਹੇ। ਅੱਛਾ, ਜਿੰਨੀ ਪੋਲਿਸੀ ਹੁੰਦੀ ਹੈ ਸਾਰੀ, ਉਹਦੇ ਲਈ ਇਹ ਰਿਸਪੋਂਸੀਬਲ ਹੈ, ਇਹ ਤਾਂ ਕਲੀਅਰ ਹੈ। ਇੰਪੋਰਟੈਂਟ ਆਰਟੀਕਲ ਨੇ 163 ਗੱਲ ਕਰਦਾ ਕੌਂਸਲ ਆਫ ਮਿਨਿਸਟਰ ਦੀ, 164 ਗੱਲ ਕਰਦਾ ਉਹਨਾਂ ਦੀ ਹੋਰ ਪ੍ਰੋਵੀਜ਼ਨਾਂ ਦੀ, 166 ਬਿਜ਼ਨਸ ਦੀ, ਅਤੇ 167 ਡਿਊਟੀਜ਼ ਆਫ ਸੀ ਐਮ। ਆਪਾਂ ਸਾਰਾ ਕੁਝ ਪੜ੍ਹ ਚੁੱਕੇ। ਹੁਣ ਇਕੱਲੀ ਇਕੱਲੀ ਪ੍ਰੋਵੀਜ਼ਨ ਮੈਂ ਬਹੁਤਾ ਜ਼ਿਆਦਾ ਨਹੀਂ ਉਹ ਇਲੈਬੋਰੇਟ ਕੀਤਾ, ਕਿਉਂਕਿ ਪਹਿਲਾਂ ਪ੍ਰਧਾਨ ਮੰਤਰੀ ਵਾਲਾ ਚੈਪਟਰ ਜਦੋਂ ਪੜ੍ਹਿਆ ਸੀ ਸੇਮ ਹੀ ਹੈ, ਕੋਈ ਫਰਕ ਨਹੀਂ ਹੈਗਾ। ਠੀਕ ਹੈ ਜੀ। ਕੁਛ ਇੰਪੋਰਟੈਂਟ ਸੀ ਐਮਸ ਬਾਰੇ ਮੈਂ ਤੁਹਾਨੂੰ ਇੱਥੇ ਦੱਸ ਦੇਵਾਂ। ਕੁਛ ਕੇ ਵੀ ਸੀ ਟਾਈਪ ਕੁਸ਼ਚਨ, ਫੈਕਚੁਅਲ ਕੁਸ਼ਚਨ ਆ ਜਾਂਦੇ ਆ, ਜਿਵੇਂ ਪਹਿਲੀ ਲੇਡੀ ਚੀਫ ਮਿਨਿਸਟਰ ਕੌਣ ਸੀ ਸਾਡੀ? ਸੁਚੇਤਾ ਕਿਰਪਲਾਨੀ, ਯੂਪੀ ਦੇ ਸੀ। ਸਭ ਤੋਂ ਵੱਧ ਸਮੇਂ ਦੇ ਲਈ ਜਿਹੜੇ ਨੇ ਚੀਫ ਮਿਨਿਸਟਰ ਕੌਣ ਰਹੇ ਨੇ? ਪਵਨ ਕੁਮਾਰ ਚੈਮਲਿੰਗ, ਸਿੱਕਿਮ ਦੇ ਚੀਫ ਮਿਨਿਸਟਰ ਨੇ, 25 ਸਾਲ ਤੋਂ ਵੀ ਜ਼ਿਆਦਾ ਟਾਈਮ ਰਹੇ ਨੇ ਚੀਫ ਮਿਨਿਸਟਰ। ਸਭ ਤੋਂ ਘੱਟ ਟਾਈਮ ਦੇ ਲਈ ਜਗਦੰਬਿਕਾ ਪਾਲ, 1 ਦਿਨ ਦੇ ਲਈ। ਉਹ ਯਾਦ ਆ ਤੁਹਾਨੂੰ ਫਿਲਮ ਆਈ ਸੀ ਨਾਇਕ, ਵਨ ਡੇ ਚੀਫ ਮਿਨਿਸਟਰ, ਬਸ ਉਹੀ ਸੀਨ ਸੀ ਇਹਨਾਂ ਦਾ, ਇਹ ਸਮਝ ਲਓ। ਪਰ ਉਹ ਅਸਲ 'ਚ ਇੱਕ ਜਿਹੜੇ ਪਹਿਲਾਂ ਸਰਕਾਰ ਹੁੰਦੀ ਸੀ ਕਲਿਆਣ ਸਿੰਘ ਦੀ, ਉਹ ਗਿਰ ਗਈ ਸੀ, ਫਿਰ ਉੱਥੋਂ ਦੇ ਰਾਜਪਾਲ ਨੇ ਉਹਨੂੰ ਬਣਾ ਤਾ 1 ਦਿਨ ਲਈ, ਫਿਰ ਅਗਲੇ ਦਿਨ ਉਹ ਫਿਰ ਦੁਬਾਰਾ ਸਰਕਾਰ ਬਣ ਗਈ। ਨਹੀਂ ਨਹੀਂ, ਇਹ ਯੂਪੀ ਦੀ ਗੱਲ ਹੈ। ਠੀਕ ਹੈ। ਅੱਛਾ, ਪਹਿਲੀ ਫੀਮੇਲ ਮੁਸਲਿਮ ਚੀਫ ਮਿਨਿਸਟਰ, ਫੀਮੇਲ ਚੀਫ ਮਿਨਿਸਟਰ ਤਾਂ ਆਪਾਂ ਦੇਖ ਲਿਆ,
ਅਨਵਰ ਤੈਮੂਰ, ਅਨਵਰ ਤੈਮੂਰ ਇਹ ਅਸਾਮ ਸਟੇਟ ਦੀ ਪਹਿਲੀ ਫੀਮੇਲ ਮੁਸਲਿਮ ਚੀਫ ਮਿਨਿਸਟਰ ਸੀ। ਚਲੀ ਅੱਗੇ, ਹਾਂਜੀ ਠੀਕ ਹੈ ਜੀ। ਹੁਣ ਆਹ ਦੇਖੋ, ਮੈਂ ਕੁਛ ਇੰਪੋਰਟੈਂਟ ਜਿਹੜੀਆਂ ਫੀਮੇਲ ਚੀਫ ਮਿਨਿਸਟਰ ਹੁਣ ਤੱਕ ਰਹਿ ਚੁੱਕੀਆਂ ਨੇ, ਫੀਮੇਲ ਚੀਫ ਮਿਨਿਸਟਰਸ, ਉਹਨਾਂ ਦੇ ਬਾਰੇ ਮੈਂ ਆਹ ਲੈ ਕੇ ਆਇਆ ਥੋੜ੍ਹੀ ਜਾਣਕਾਰੀ। ਤੁਸੀਂ ਸਿਰਫ ਇਹ ਦੇਖਣਾ ਵੀ ਕਿਹੜੀ ਚੀਫ ਮਿਨਿਸਟਰ ਕਿਹੜੀ ਕਿਹੜੀ ਸਟੇਟ 'ਚ ਰਹਿ ਚੁੱਕੀ ਹੁਣ ਤੱਕ ਫੀਮੇਲ ਚੀਫ ਮਿਨਿਸਟਰ। ਪੰਜਾਬ ਦੀ ਕੋਈ ਫੀਮੇਲ ਚੀਫ ਮਿਨਿਸਟਰ ਰਹਿ ਚੁੱਕੀ ਹੈ? ਨਹੀਂ ਨਾ। ਬੀਬੀ ਰਜਿੰਦਰ ਕੌਰ ਭੱਟਲ ਕੌਣ ਸੀ ਫਿਰ? ਭੁੱਲ ਗਏ? ਆਪਣੇ ਨੇੜੇ ਦੇ ਹੀ ਨੇ, ਬਹੁਤੇ ਜ਼ਿਆਦਾ ਦੇਰ ਤਾਂ ਨਹੀਂ ਹੋਈ, ਥੋੜ੍ਹਾ ਟਾਈਮ ਹੀ ਹੋਇਆ। ਠੀਕ ਹੈ ਜੀ, ਚਲੋ। ਕਹਿਣ ਦਾ ਭਾਵ, ਸਭ ਤੋਂ ਪਹਿਲਾਂ ਸੁਚਿਤਾ ਕਿਰਪਲਾਨੀ, ਦੇਖੋ ਕਿੱਥੋਂ ਦੇ, ਯੂਪੀ ਦੇ। ਨੰਦਨੀ ਸਤਪਥੀ, ਉੜੀਸਾ। ਸ਼ਸ਼ੀਕਲਾ ਕਕੋਦਕਰ, ਗੋਆ। ਚਲੀ ਅੱਗੇ, ਹੁਣ ਤੱਕ ਆਪਾਂ ਪੜ੍ਹੇ ਯੂਪੀ, ਉੜੀਸਾ, ਗੋਆ। ਉਹ ਤੋਂ ਅਨਵਰ ਤੈਮੂਰ ਦੱਸਤਾ, ਅਨਵਰ ਤੈਮੂਰ ਅਸਾਮ ਦੀ ਪਹਿਲੀ ਲੇਡੀ ਮੁਸਲਿਮ ਚੀਫ ਮਿਨਿਸਟਰ। ਵੀ ਐਨ ਜਾਨਕੀ ਤਾਮਿਲਨਾਡੂ, ਜੈਲਲਿਤਾ ਤਾਮਿਲਨਾਡੂ, ਤਾਮਿਲਨਾਡੂ ਦੇ ਦੋ ਹੋ ਗਈਆਂ ਦਾ ਮਤਲਬ। ਮਾਇਆਵਤੀ ਉੱਤਰ ਪ੍ਰਦੇਸ਼, ਰਜਿੰਦਰ ਕੌਰ ਭੱਟਲ ਪੰਜਾਬ। ਦੇਖੋ ਟੈਨਿਓਰ, ਦੇਖੋ 1996 to 1997, ਠੀਕ ਹੈ ਜੀ। ਇੰਡੀਅਨ ਨੈਸ਼ਨਲ ਕਾਂਗਰਸ ਦੀ ਸੀਗੀ ਨਾ ਇਹ, ਮਾਇਆਵਤੀ ਕਿਹੜੀ ਪਾਰਟੀ ਇਹਨਾਂ ਦੀ? ਬਸਪਾ, ਬਹੁਜਨ ਸਮਾਜ ਪਾਰਟੀ, ਜਿਹਦਾ ਚਿੰਨ੍ਹ ਹਾਥੀ ਆ, ਹਾਥੀ। ਚਲੋ, ਰਾਬੜੀ ਦੇਵੀ ਬਿਹਾਰ, ਹੈ ਨਾ। ਸੁਸ਼ਮਾ ਸਵਰਾਜ ਦਿੱਲੀ ਦੇ ਚੀਫ ਮਿਨਿਸਟਰ ਰਹਿ ਚੁੱਕੇ ਨੇ, ਦੇਖੋ 98 to 98 ਤੱਕ ਹੀ, ਬੀਜੇਪੀ ਦੇ। ਡੈਥ ਹੋ ਗਈ ਹੁਣ ਤਾਂ ਇਹਨਾਂ ਦੀ, ਸਾਡੇ ਐਕਸਟਰਨਲ ਅਫੇਅਰ ਮਿਨਿਸਟਰ ਸੀਗੇ, ਫੋਰਨ ਮਿਨਿਸਟਰ ਕਹਿ ਲਓ, ਹੈ ਨਾ, ਲਾਸਟ ਟਾਈਮ ਜਦੋਂ ਹੈਗੇ ਸੀ। ਅਤੇ ਸ਼ੀਲਾ ਦੀਕਸ਼ਿਤ ਜੀ ਵੀ ਹੁਣ ਡੈਥ ਹੋ ਗਈ ਨਾ ਜੀ, ਹੁਣ ਇਹ ਵੀ ਦਿੱਲੀ ਦੇ ਚੀਫ ਮਿਨਿਸਟਰ ਰਹੇ ਨੇ। ਦੇਖੋ 1998 ਤੋਂ ਲੈ ਕੇ 2013, ਹਾਂ, ਸੁਸ਼ਮਾ ਸਵਰਾਜ ਬੀਜੇਪੀ, ਸ਼ੀਲਾ ਦੀਕਸ਼ਿਤ ਕਾਂਗਰਸ। ਕਿੰਨੇ ਸਾਲ ਹੋ ਗਏ ਦੇਖੋ, 1998 ਤੋਂ ਲੈ ਕੇ 2013, 15 ਸਾਲ, ਠੀਕ ਹੈ ਜੀ। ਚੱਲੀ ਅੱਗੇ, ਉਮਾ ਭਾਰਤੀ ਕੇਂਦਰੀ ਮੰਤਰੀ ਨੇ ਵੀ, ਮੱਧ ਪ੍ਰਦੇਸ਼ ਤੋਂ, ਵਸੁੰਧਰਾ ਰਾਜੇ ਰਾਜਸਥਾਨ ਤੋਂ, ਠੀਕ ਹੈ ਜੀ। ਮਮਤਾ ਬੈਨਰਜੀ ਹੁਣ ਵੀ ਹੈਗੇ ਨੇ, ਇਸ ਟਾਈਮ ਤਾਂ ਸਿਰਫ ਮਮਤਾ ਬੈਨਰਜੀ ਹੀ ਨੇ ਚੀਫ ਮਿਨਿਸਟਰ, ਲੇਡੀ ਚੀਫ ਮਿਨਿਸਟਰ, ਜੇ ਕਿਸੇ ਸਟੇਟ ਦੀ ਆਪਾਂ ਗੱਲ ਕਰੀਏ। ਬਾਕੀ ਸਾਰੇ ਜੈਂਟਸ ਨੇ ਅੱਜ ਦੀ ਡੇਟ 'ਚ ਦੇਖੋ ਤਾਂ, ਬਾਕੀ ਆਉਣ ਵਾਲੇ ਟਾਈਮ 'ਚ ਕੋਈ ਪਤਾ ਨਹੀਂ। ਆਨੰਦੀਬੈਨ ਪਟੇਲ ਗੁਜਰਾਤ ਦੇ ਰਹਿ ਚੁੱਕੇ ਨੇ, ਮਹਿਬੂਬਾ ਮੁਫਤੀ ਜੰਮੂ ਐਂਡ ਕਸ਼ਮੀਰ ਦੇ ਰਹਿ ਚੁੱਕੇ ਨੇ, ਜੰਮੂ ਕਸ਼ਮੀਰ PDP, ਪੀਪਲਸ ਡੈਮੋਕਰੈਟਿਕ ਪਾਰਟੀ ਸਰਕਾਰ ਹੈਗੀ ਸੀ ਉੱਥੇ, ਬੀਜੇਪੀ ਨਾਲ ਗਠਬੰਧਨ ਸੀ ਇਹਨਾਂ ਦਾ, ਠੀਕ ਹੈ ਨਾ। ਅਤੇ ਫਿਰ ਉਹ ਤੋਂ ਬਾਅਦ ਇਹਨਾਂ ਦੀ ਸਰਕਾਰ ਗਠਬੰਧਨ ਟੁੱਟ ਗਿਆ, ਰਾਸ਼ਟਰਪਤੀ ਸ਼ਾਸਨ ਲੱਗ ਗਿਆ, ਫਿਰ ਮੋਦੀ ਨੇ ਜੰਮੂ ਕਸ਼ਮੀਰ ਨੂੰ ਤੋੜਤਾ। ਹੁਣ ਤਾਂ ਤੁਹਾਡੇ ਸਾਹਮਣੇ ਹੈ ਸਾਰਾ ਕੁਛ, ਹੁਣ ਤਾਂ ਉੱਥੇ ਸਰਕਾਰ ਇਸ ਟਾਈਮ ਭੰਗ ਹੋਈ ਹੋਈ ਹੈ, UT ਬਣ ਗਈ, ਉਹ ਤਾਂ ਵਿਧਾਨ ਸਭਾ ਦੀਆਂ ਚੋਣਾਂ ਹਜੇ ਹੋਈਆਂ ਨਹੀਂ, ਮਾਹੌਲ ਖਰਾਬ ਹੈ, ਠੀਕ ਹੈ ਜੀ। ਦੇਖੋ ਆਹ ਸਟੇਟਾਂ ਸੀਗੀਆਂ ਜਿਨ੍ਹਾਂ ਦੇ ਹੁਣ ਤੱਕ ਚੀਫ ਮਿਨਿਸਟਰ ਲੇਡੀਜ਼ ਰਹਿ ਚੁੱਕੀਆਂ ਨੇ। ਉੱਤਰਾਖੰਡ ਦੀ ਕੋਈ ਨਹੀਂ ਪੜ੍ਹੀ, ਮਹਾਰਾਸ਼ਟਰ ਦੀ ਕੋਈ ਨਹੀਂ ਪੜ੍ਹੀ, ਕਰਨਾਟਕਾ ਦੀ ਕੋਈ ਨਹੀਂ ਬਣੀ, ਹਰਿਆਣਾ ਦੀ ਕੋਈ ਨਹੀਂ ਬਣੀ, ਠੀਕ ਹੈ ਨਾ। ਪੰਜਾਬ 'ਚ ਇੱਕ ਬਣੇ ਨੇ, ਤਾਂ KBC 'ਚ ਕੁਸ਼ਚਨ ਬਹੁਤ ਪੁੱਛਦੇ ਹੁੰਦੇ ਨੇ ਇਹਦੇ ਉੱਪਰ, ਕੌਣ ਬਣੇਗਾ ਕਰੋੜਪਤੀ 'ਚ, ਇਹਦੇ ਉੱਪਰ ਕੁਸ਼ਚਨ ਬਹੁਤ ਪੁੱਛਦੇ ਨੇ। ਉਹ ਐਵੇਂ ਪੁੱਛ ਲੈਂਦੇ ਵੀ ਇੱਕ ਤੋਂ ਜ਼ਿਆਦਾ ਕੌਣ ਰਹੀ। ਹੁਣ ਜਿੱਦਾਂ ਦੇਖੋ, ਮੰਨ ਲਓ ਤਾਮਿਲਨਾਡੂ ਦੇ ਵਿੱਚ ਆਪਾਂ ਦੇਖੀਏ ਤਾਂ VN ਜਾਨਕੀ ਅਤੇ ਜੈਲਲਿਤਾ, ਦਿੱਲੀ 'ਚ ਦੇਖੀਏ ਆਪਾਂ, ਅਤੇ ਦੋ ਇਹੋ ਜਿਹੇ ਰਾਜ ਹੋ ਗਏ ਨਾ ਜਿਹ 'ਚ ਦੋ ਅਲੱਗ ਅਲੱਗ ਬਣੀਆਂ ਨੇ, ਹੁਣ ਤਾਂ ਕੋਈ ਰਾਜ ਨਹੀਂ ਹੈਗਾ ਇਹੋ ਜਿਹਾ। ਨਹੀਂ ਫਿਰ ਦੋ ਕੁ ਤਿੰਨ ਰਾਜ ਹੋ ਗਏ, ਮਾਇਆਵਤੀ ਅਤੇ ਸਭ ਤੋਂ ਪਹਿਲਾਂ ਸੁਚਿਤਾ ਕਿਰਪਲਾਨੀ, ਤਿੰਨ ਹੋ ਗਏ, ਹੈ ਨਾ। ਸੋ ਇੱਦਾਂ ਥੋੜ੍ਹਾ ਇੱਕ ਵਾਰੀ ਨਿਗਾਹ ਮਾਰ ਲਓ, ਵੈਸੇ ਕੋਈ ਪਤਾ ਨਹੀਂ ਕੁਸ਼ਚਨ ਪੁੱਛ ਲਏ, ਪਰ ਮੈਨੂੰ ਲੱਗਿਆ ਵੀ ਆਪਾਂ ਨੂੰ ਪੜ੍ਹਨਾ ਚਾਹੀਦਾ। ਚਲੋ ਇਹ ਤਾਂ ਹੋ ਗਿਆ, ਹੁਣ ਇਹਨੂੰ ਛੱਡ ਦਿੰਦੇ, ਹੁਣ ਪੰਜਾਬ ਦੇ ਉੱਪਰ ਆਏ ਨੇ ਆਪਾਂ ਦੁਬਾਰਾ। ਆਪਾਂ ਵਿਧਾਨ ਸਭਾ ਬਾਰੇ ਪੜ੍ਹ ਲਿਆ, ਵਿਧਾਨ ਪ੍ਰੀਸ਼ਦ ਬਾਰੇ ਵੀ ਪੜ੍ਹ ਲਿਆ, ਮੈਂਬਰਾਂ ਦੀ ਨਿਯੁਕਤੀ ਕਿੱਦਾਂ ਕਿੱਦਾਂ ਹੁੰਦੀ, ਮੈਂ ਪੁੱਛਣੇ ਥੋੜ੍ਹੇ ਤੋਂ ਕੁਸ਼ਚਨ। ਹੁਣ ਆਪਾਂ ਰਾਜਪਾਲ ਬਾਰੇ ਪੜ੍ਹ ਲਿਆ, ਪੰਜਾਬ 'ਚ ਜਿਹੜੇ ਰਾਜਪਾਲ ਹੁਣ ਤੱਕ ਰਹੇ, ਆਪਾਂ ਉਹਨਾਂ 'ਚ ਝਾਤੀ ਮਾਰ ਲਈ, ਮੇਨ ਮੈਂ ਸਾਰੇ ਨਹੀਂ ਲਿਖੇ ਸੀ, ਥੋੜ੍ਹੇ ਥੋੜ੍ਹੇ ਜਿਹੜੇ ਮੈਨੂੰ ਲੱਗਿਆ ਇੰਪੋਰਟੈਂਟ ਨੇ। ਜਿੱਦਾਂ ਮੈਂ ਤੁਹਾਨੂੰ ਦੱਸਿਆ ਵੀ ਸਭ ਤੋਂ ਪਹਿਲਾਂ ਸਾਡੇ ਰਾਜਪਾਲ ਜਿਹੜੇ ਹੈਗੇ ਸੀ, ਧਰਮਵੀਰਾ 1966 ਜਦੋਂ ਪੰਜਾਬ ਤੋਂ ਹਰਿਆਣਾ ਅੱਡ ਹੋਇਆ, ਫਿਰ BD ਪਾਂਡੇ 1984 'ਚ ਹੁੰਦੇ ਸੀ, ਠੀਕ ਹੈ ਨਾ। ਕਪਤਾਨ ਸਿੰਘ ਸੋਲੰਕੀ ਥੋੜ੍ਹੇ ਟਾਈਮ ਲਈ ਰਹੇ ਨੇ, ਐਕਟਿੰਗ ਰਹੇ ਨੇ, ਵਗੈਰਾ ਵਗੈਰਾ। ਪਹਿਲੇ ਕੌਣ ਸੀ? CM ਤ੍ਰਿਵੇਦੀ, ਠੀਕ ਹੈ। ਅੱਛਾ, ਉਸ ਤੋਂ ਬਾਅਦ ਆਪਾਂ ਚੀਫ ਮਿਨਿਸਟਰ ਬਾਰੇ ਪੜ੍ਹਿਆ ਅੱਜ। ਤੁਸੀਂ ਮੈਨੂੰ ਦੱਸੋ, ਪੰਜਾਬ ਦਾ ਪਹਿਲਾ ਚੀਫ ਮਿਨਿਸਟਰ ਕੌਣ ਸੀ? ਗੋਪੀ ਚੰਦ ਭਾਰਗਵ। ਗੋਪੀ ਚੰਦ ਭਾਰਗਵ ਜਿਹੜੇ ਸੀਗੇ, ਉਹ ਆਜ਼ਾਦ ਪੰਜਾਬ ਜਿਹੜਾ 1947 ਦਾ ਪੰਜਾਬ ਸੀ ਨਾ, ਉਹਦੇ ਚੀਫ ਮਿਨਿਸਟਰ ਸੀ, ਠੀਕ ਹੈ ਨਾ। ਪਰ ਪੰਜਾਬ ਤਾਂ ਪਹਿਲਾਂ, ਬਹੁਤ ਪਹਿਲਾਂ ਤੋਂ ਪੰਜਾਬ ਬਣ ਗਿਆ ਸੀ,
मैं तुम्हें दसा जी पंजाब के जी विधानसभा है 1935 च बनी 1935 के एक्ट के तहत पहला विधान परिषद होंगी सी 1919 के एक्ट के तहत वो तो पहला एग्जैक्टिव कौंसल होंगी सी फिर लैजिस्लेटिव कौंसल बनी फिर लैजिस्लेटिव असैम्बली बनी हूँ जो 1935 च बन गई से 1937 इलैक्शन हुए एक बहुत ना उदो पंजाब कांग्रेस इन्नी फेमस ना उदो इतने कोई बीजेपी ना कोई इतने वो बीजेपी तो है ही नहीं उदो बीजेपी तो बहुत लेट बनी 1980 बनी बीजेपी का पहला बीजेपी जनसंघ कहते जनसंघ मतलब जनसंघ बाद बीजेपी बन गया अच्छा बाकी अकाली दल भी वैसे बनता गया से उदो पर अकाली दल का मेन ध्यान उदो का रिलीजन धर्म सही करन उन्हां दा ध्यान सीगा क्योंकि उदो गुरुद्वारियां दे विच महंत बहुत ज़्यादा घर करी बैठे से उन्होंने उतों बाहर कढ़ना से उन्होंने कढ़िया तो मतलब सही किया सिस्टम एडमिनिस्ट्रेशन बहुत वधिया किया गुरुद्वारियां दा पर उस तो बाद फिर चलो हुण देखो 1937 इलैक्शन होए यूनियनिस्ट पार्टी होंदी सी सिकंदर हयात खान जदों अंग्रेज़ां दे अंग्रेज़ सरकार दे अंडर जिहड़ा पंजाब हुंदा सी अपना उहदे पहले कौन ने जी ये इन्हां नूं प्राइम मिनिस्टर कहिंदे सी उदों ये प्राइम मिनिस्टर ऑफ पंजाब ने तुसीं चीफ मिनिस्टर कह लो पंजाब प्राइम मिनिस्टर कह लो कोई फर्क नहीं पैंदा उह तां जो मर्जी नाम लई चलो ठीक है ना उस तों बाद मलिक खिजर हयात खान बने मलिक खिजर हयात टिवाना उस तों बाद फिर दोबारा ये बने सो कहण दा मतलब ये गल 1947 तों पहलां दी है तो सानूं तां पता होना चाहिए ना कि निगाह तां असीं मार लईए वी पंजाब दे जदों दा पंजाब बनिया पंजाब दी विधानसभा कहिहड़े सन च बनी 1937 च ठीक है ना तां सिकंदर हयात खान कहिहड़ी पार्टी यूनियनिस्ट पार्टी जट्टां दी पार्टी सी जट्टां दी जट का मतलब यह नहीं होता भी कला सरदार या कला सिख नो जट कोई भी हो सकता जो जिम्मेदारी करता इसका भी एक थोड़ा सरदार लगता है कि सिख ने ये मुस्लिम ने बट देवर जट ये लोग लैंडलॉर्ड लोग सी देवर जट ठीक है ना सो कहता भाव एक जिहड़ियां चलदियां शुरू तो टिवाना या होर वगैरह वगैरह रंधावा ये उत्थे पाकिस्तान च मुस्लिम भी है ने वो पूरा नाम मान लो शेख खान रंधावा लाँदे पूरा नाम जिहड़ा पाकिस्तान का आर्मी चीफ हैगा सी उहदा नाम की है कमर अली बाजवा तो बाजवे तो अपने पंजाब भी होंदे है पर उत्थे भी ने पर वो मुस्लिम ने अपने नाले सिख ने ठीक है ना सो एक अलग चीज़ है उन्होंने मिक्स ना करो पर वैसे यूनियनिस्ट पार्टी की बहुत चढ़ाई सी यूनियनिस्ट पार्टी फिर यूनियनिस्ट पार्टी दोबारा बनी ऐतकी यूनियनिस्ट पार्टी कली नहीं बनी कांग्रेस के अकाली दल इकट्ठे गठबंधन नाल सरकार बनाई इन्होंने तो 1947 तक कहना मतलब आह लोग रहे उस तो बाद फिर यह पैपसू की गल हो रही है दिस इज पैपसू ज्ञान सिंह राड़ेवाला जिहड़े सीगे ना सुनो मैं तुहानूं दसदा ज्ञान सिंह राड़ेवाला यह पटियाले दी सी पटियाले दे महिंद्रा कॉलेज तो पढ़ाई की इन्होंने बाद च यह पटियाले विच ही जज लग गए पटियाला एक रियासत सी अपने आप च इंडिपेंडेंट स्टेट सी देश सी पटियाला तो उत्थे जज सी बड़ी वधिया इन्हां दी अच्छी सी रुतबा बहुत सी फिर इंडिपेंडेंट जितते सी यानी पैपसू दे पहले चीफ मिनिस्टर कहने ना पहिनां नूं इंडिपेंडेंट देखो ठीक है ना जी अच्छा उस तो बाद फिर राष्ट्रपति शासन लग्या थोड़ा टाइम फिर रघबीर सिंह बने फिर बाबू ब्रिशभान बने कांग्रेस दे ठीक है ना जी तो यह पैपसू दे ने यह फिर इंडिपेंडेंट पंजाब दे ने मतलब 1947 तो बाद पंजाब दे क्योंकि पैपसू तो पैरल चलती है ना पंजाब दे भी पैपसू अलग चलती सी अलग तो अलग गल 1956 का फिर मिक्स ही हो गया सत्तवां संशोधन 1956 स्टेट रीओरगनाइजेशन कमीशन पैपसू खत्म पंजाब मिल गई चल भाई तो देख लो हूँ कौन कौन ने गोपी चंद भार्गव भीम सिंह सचर प्रताप सिंह कैरो रामकृष्ण गुरमुख सिंह मुसाफिर गुरनाम सिंह उदों पंजाब दे चीफ मिनिस्टर गुरमुख सिंह मुसाफिर होंदे सी उदों पंजाब तो हरियाणा अलग होया तो गवर्नर कौन सी पंजाब दे धर्मवीरा धर्मवीर ठीक है ना अच्छा गुरनाम सिंह लक्ष्मण सिंह गिल प्रकाश सिंह बादल ज्ञानी जैल सिंह दरबारा सिंह सुरजीत सिंह बरनाला एच एस बराड़ रजिंद्र कौर भट्टल पंजाब दे हैगे ने